ਕਮਰੇ ਦੇ ਵਿੱਚ ਸੁੱਤੇ ਸੱਸ ਨੂੰ ਦੇ ਉੱਤੇ ਅਚਾਨਕ ਹੀ ਲੈਂਟਰ ਦਾ ਇੱਕ ਵੱਡਾ ਹਿੱਸਾ ਡਿੱਗਿਆ, ਜਿਸ ਦੇ ਕਾਰਨ ਦੋਵੇਂ ਹੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਹਾਲਾਂਕਿ ਜੋ ਨੂੰਹ ਹੈ ਉਹ ਗਰਭਵਤੀ ਦੱਸੀ ਜਾ ਰਹੀ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਬੀਤੀ ਸ਼ਾਮ ਦਾ ਇਹ ਮਾਮਲਾ ਦੱਸਿਆ ਜਾ ਰਿਹਾ, ਜਦੋਂ ਸੱਸ ਅਤੇ ਨੂੰਹ ਦੋਵੇਂ ਹੀ ਇੱਕ ਬੈੱਡ ਦੇ ਉੱਤੇ ਰੂਮ ਦੇ ਵਿੱਚ ਸੁੱਤੇ ਪਏ ਸੀ, ਤਾਂ ਅਚਾਨਕ ਹੀ ਲੈਂਟਰ ਦਾ ਇੱਕ ਹਿੱਸਾ ਉਹਨਾਂ ਦੇ ਉੱਤੇ ਆ ਡਿੱਗਦਾ, ਜਿਸ ਦੇ ਕਾਰਨ ਦੋਵੇਂ ਹੀ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੇ ਨੇ। ਹਾਲਾਂਕਿ ਜਦੋਂ ਇਹ ਹਾਦਸਾ ਵਾਪਰਦਾ ਤਾਂ ਉਸ ਸਮੇਂ ਚੀਕ ਚਿਹਾੜਾ ਪੈ ਜਾਂਦਾ, ਮੌਕੇ ਦੇ ਉੱਤੇ ਲੋਕ ਪਹੁੰਚਦੇ ਨੇ ਅਤੇ ਜਦੋਂ ਲੈਂਟਰ ਦੇ ਹੇਠਾਂ ਉਹਨਾਂ ਨੂੰ ਦਬਿਆਂ ਦੇਖਦੇ ਨੇ ਤਾਂ ਇੱਕ ਵਾਰ ਤਾਂ ਸਾਰਿਆਂ ਦੇ ਹੋਸ਼ ਉੱਡ ਜਾਂਦੇ ਨੇ। ਆਨੰਦ ਫਾਨਣ ਦੇ ਵਿੱਚ ਫਟਾਫਟ ਲੈਂਟਰ ਨੂੰ ਹਟਾਇਆ ਜਾਂਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਤੇ ਜ਼ਖਮੀਆਂ ਨੂੰ ਬਾਹਰ ਕੱਢਿਆ ਜਾਂਦਾ। ਜਦੋਂ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਤਾਂ ਉੱਥੇ ਕਾਫ਼ੀ ਜ਼ਿਆਦਾ ਉਹਨਾਂ ਦੀ ਹਾਲਤ ਸੀਰੀਅਸ ਦੱਸੀ ਜਾਂਦੀ ਹੈ, ਪਰ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਕਿ ਡਾਕਟਰਾਂ ਨੇ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਹੈ। ਤਾਂ ਦੱਸ ਦਈਏ ਕਿ ਫਾਜ਼ਿਲਕਾ ਦੇ ਵਿੱਚ ਇਹ ਹਾਦਸਾ ਵਾਪਰਿਆ, ਜਿੱਥੇ ਕਿ ਬੀਤੀ ਸ਼ਾਮ ਨੂੰ ਜਦੋਂ ਸੱਸ ਅਤੇ ਨੂੰਹ ਆਪਣੇ ਕਮਰੇ ਦੇ ਵਿੱਚ ਸੌ ਰਹੇ ਸੀ ਤਾਂ ਅਚਾਨਕ ਹੀ ਉਹਨਾਂ ਦੇ ਉੱਤੇ ਇੱਕ ਲੈਂਟਰ ਦਾ ਹਿੱਸਾ ਡਿੱਗ ਜਾਂਦਾ, ਜਿਸ ਦੇ ਕਾਰਨ ਦੋਵੇਂ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੇ ਨੇ। ਹਾਲਾਂਕਿ ਜੋ ਨੂੰਹ ਹੈ ਉਹ ਗਰਭਵਤੀ ਦੱਸੀ ਜਾ ਰਹੀ ਹੈ, ਪਰੰਤੂ ਫਿਰ ਵੀ ਹੁਣ ਹਾਲਤ ਜੋ ਹੈ ਦੋਵਾਂ ਦੀ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਹਾਦਸਾ ਕਿਵੇਂ ਵਾਪਰਿਆ, ਪਰਿਵਾਰਕ ਮੈਂਬਰਾਂ ਤੋਂ ਹੀ ਸੁਣ ਲਓ। ਕਮਰੇ ਦੀ ਛੱਤ ਡਿੱਗ ਪਈ, ਬਾਕੀ ਪਰਿਵਾਰ ਦੂਸਰੇ ਕਮਰੇ 'ਚ ਸੀ। ਇਹ ਦੋਨੋਂ ਨੌ ਸੱਸ ਇੱਕ ਕਮਰੇ ਵਿੱਚ ਸੀ, ਜਿਹੜਾ ਉਹ ਲੈਂਟਰ ਸਾਰਾ ਇਹਨਾਂ ਦੇ ਉੱਪਰ ਆ ਡਿੱਗਿਆ, ਜਿਹਦੇ ਕਰਕੇ ਇਹਨਾਂ ਦੀਆਂ ਸੱਟਾਂ ਕਾਫੀ ਲੱਗੀਆਂ ਹੋਈਆਂ। ਇਹਨਾਂ ਦੀ ਨੌ ਪ੍ਰੈਗਨੈਂਟ ਸੀ, ਉਹਦੇ ਵੀ ਸੱਟਾਂ ਲੱਗੀਆਂ ਹੋਈਆਂ, ਜੋ ਕਿ ਅਸੀਂ ਸਰਕਾਰੀ ਹਸਪਤਾਲ ਵਿੱਚ ਇਹਨਾਂ ਨੂੰ ਇਲਾਜ ਕਰਾਉਣ ਵਾਸਤੇ ਲੈ ਕੇ ਆਏ। ਮਕਾਨ ਪੱਕਾ ਲੈਂਟਰ ਲੱਗਾ ਹੋਇਆ ਸੀ, ਦੋ ਕਮਰੇ ਆ ਜੀ, ਇੱਕ ਇਹ ਦੋਨੋਂ ਇੱਕ ਕਮਰੇ 'ਚ ਸੀ ਜਿਹਦੀ ਛੱਤ ਡਿੱਗੀ ਆ, ਦੂਸਰੇ ਜਿਹੜਾ ਪਰਿਵਾਰ ਆ ਉਹ ਦੂਸਰੇ ਕਮਰੇ 'ਚ ਸੁੱਤਾ ਪਿਆ ਸੀ, ਜਾਨੀ ਨੁਕਸਾਨ ਤੋਂ ਬਚ ਗਿਆ। ਹੁਣ ਜਾ ਕੇ ਵੇਖਾਂਗੇ ਸਰ, ਅਸੀਂ ਫਿਲਹਾਲ ਇਹਨਾਂ ਨੂੰ ਲੈ ਕੇ ਆਏ ਹਸਪਤਾਲ ਪਹੁੰਚਾਇਆ, ਉਹਦਾ ਹੁਣ ਜਾ ਕੇ ਵੇਖਾਂਗੇ ਵੀ ਕਿੰਨਾ ਕੁ ਨੁਕਸਾਨ ਹੋਇਆ। ਰਾਜ ਸਵਾਮੀ ਕਲੋਨੀ ਗਲੀ ਨੰਬਰ 9 'ਚ ਹਾਲਤ ਫਿਲਹਾਲ ਤਾਂ ਸਹੀ ਹੈ, ਹੁਣ ਪਤਾ ਲੱਗਦਾ ਹੀ ਡਾਕਟਰ ਸਾਹਿਬ ਕੀ ਦੱਸਣਗੇ। ਆਪਣੇ ਹੁਣ ਦੋ ਪੇਸ਼ੈਂਟ ਆਏ ਨੇ ਰਾਧਾ ਸਵਾਮੀ ਕਲੋਨੀ ਤੋਂ, ਅਤੇ ਇੱਕ ਦੇ ਸੱਟ ਲੱਗੀ ਹੈ ਪਿੱਠ 'ਤੇ, ਇੱਕ ਦੇ ਲੱਤ 'ਤੇ ਲੱਗੀ ਹੈ ਖੱਬੇ ਗੋਡੇ 'ਤੇ। ਦੋਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਰਿਪੋਰਟ ਆਏਗੀ, ਉਸ ਤੋਂ ਬਾਅਦ ਔਰਥੋ ਓਪੀਨੀਅਨ ਹੋਏਗਾ ਉਹਨਾਂ ਦਾ। ਵੈਸੇ ਪੇਸ਼ੈਂਟ ਦੋਨੋਂ ਸਟੇਬਲ ਨੇ, ਪੇਨ ਦੀ ਕੰਪਲੇਂਟ ਹੈ ਅਤੇ ਐਕਸੀਡੈਂਟਲ ਫਾਲ ਹੋਇਆ ਉਹਨਾਂ ਦਾ। ਬਸ ਘਰ ਦਾ ਛੱਤ ਸੀਗੀ, ਉਹਨਾਂ ਨੇ ਜ਼ਿਆਦਾ ਡਿਟੇਲ 'ਚ ਤਾਂ ਨਹੀਂ ਦੱਸਿਆ, ਪਰ ਉਹ ਕਹਿੰਦੇ ਕਿ ਘਰ ਦੇ ਵਿੱਚ ਸੀਗੇ, ਅੰਦਰ ਛੱਤ ਅਚਾਨਕ ਛੱਤ ਗਿਰ ਗਈ ਉਹਨਾਂ ਦੀ, ਅਤੇ ਇੰਨਾ ਕਿ ਸਿਰ ਦਾ ਬਚਾਅ ਹੋ ਗਿਆ ਅਤੇ ਲੇਟੇ ਹੋਏ ਸੀ, ਜਿਸ ਕਰਕੇ ਉਹਨਾਂ ਦੇ ਇੱਕ ਪੇਸ਼ੈਂਟ ਦੇ ਜੋ ਕਿ ਪ੍ਰੈਗਨੈਂਟ ਹੈ ਉਹਦੇ ਖੱਬੇ ਗੋਡੇ 'ਤੇ ਸੱਟ ਆਈ ਹੈ ਅਤੇ ਦੂਸਰੇ ਪੇਸ਼ੈਂਟ ਦੇ ਪਿੱਠ 'ਤੇ ਸੱਟ ਲੱਗੀ ਹੈ। ਇੱਥੇ ਮੇਰੀ ਮਾਤਾ ਜੀ ਅਤੇ ਮੇਰੇ ਮੁੰਡੇ ਨੂੰ ਸੁੱਤੇ ਪਏ ਸੀ, ਇੱਕਦਮ ਅਚਾਨਚਾ ਕੇ ਛੱਤ ਡਿੱਗ ਪਈ ਇੱਧਰੋਂ ਉੱਪਰ ਉਹਨਾਂ ਦੇ, ਅਤੇ ਉਹਨਾਂ ਦੇ ਕਾਫੀ ਸੱਟ ਵੱਜੀ ਹੈ, ਉਹਨਾਂ ਨੂੰ ਹੋਸਪਿਟਲ ਸਰਕਾਰੀ ਦਾਖਲ ਕੀਤਾ ਹੋਇਆ ਹੈ, ਅਤੇ ਬਾਕੀ ਕੋਈ ਸਰਕਾਰ ਅੱਗੋਂ ਕੁਛ ਕਰ ਸਕੇ ਤਾਂ ਕਰੇ ਸਾਡੇ ਨਾਲ। ਇਹ ਜੀ ਆਪਣੇ ਛੱਤ 'ਤੇ ਡਬਲ ਲੈਂਟਰ ਪਾਇਆ ਸੀ, ਅੱਧੀ ਥੱਲੇ ਆ ਗਈ ਹੈ, ਅਤੇ ਸਾਡਾ ਸਮਾਨ ਦਾ ਨੁਕਸਾਨ ਬਹੁਤ ਹੋ ਗਿਆ, ਬੈੱਡ ਟੁੱਟ ਗਿਆ, ਸੰਦੂਕ ਟੁੱਟ ਗਈ, ਮਾਤਾ ਜੀ ਦਾ ਇਹਦੀ ਅੰਗੂਠਾ ਵੱਡਿਆ ਗਿਆ ਅਤੇ ਕਮਰ 'ਚ ਵੱਜੀ ਹੈ, ਅਤੇ ਸਾਡੇ ਨੋਹ ਦੇ ਪੇਟ 'ਤੇ ਅਤੇ ਪੇਟ 'ਚ ਵੱਜੀ ਹੈ। ਬਾਕੀ ਨੁਕਸਾਨ ਜ਼ਿਆਦਾ ਘਟਨਾ ਨਹੀਂ ਹੋਈ, ਬਾਕੀ ਜੋ ਹਸਪਤਾਲ 'ਚ ਲੈ ਗਏ ਨੇ ਬਾਕੀ ਪਤਾ ਲੱਗੇਗਾ ਵੀ ਕੀ ਕੁਛ ਹੋਇਆ। ਹਾਂਜੀ, ਘਰ 'ਚ ਦੋਵੇਂ ਇੱਥੇ ਲੇਟ ਹੋਏ ਸੀ ਅਤੇ ਇੱਕਦਮ ਅਚਾਨਚਕ ਛੱਤ ਆ ਪਈ ਉੱਪਰ। ਛੱਤ ਜੀ ਪਹਿਲਾਂ ਸਹੀ ਹੈਗੀ ਛੱਤ ਹੈ, ਅਤੇ ਅਚਾਨਚਕ ਹੀ ਇੱਕਦਮ ਆ ਪਈ ਥੱਲੇ। ਸਰਕਾਰ ਜੋ ਮਦਦ ਕਰੇਗੀ ਵੇਖ ਲਏਗੀ, ਸਰਕਾਰ ਜਿਹੜੀ ਮਦਦ ਕਰੇਗੀ ਕਰ ਦੇਗੀ, ਕਿਉਂ ਦਿਹਾੜੀਦਾਰ ਬੰਦੇ ਹੈਗੇ, ਅਸੀਂ ਮਜ਼ਦੂਰੀ ਕਰਨੇ ਆ, ਮਜ਼ਦੂਰੀ ਕਰਕੇ ਸ਼ਾਮ ਨੂੰ ਕਮਾ ਕੇ ਲਿਆਉਣਾ, ਉਹਦੀ ਰੋਟੀ ਬਣਦੀ ਹੈ, ਕੋਈ ਤਨਖਾਹ ਤਨਖਾਹ ਲੱਗੇ ਨਹੀਂ ਵਗੈਰਾ, ਕੋਈ ਸਰਕਾਰੀ ਹੋਵੇ ਬੰਦਾ।